ਪਿਆਰੇ ਭਾਈ ਮੋਹਕਮ ਸਿੰਘ ਜੀ ਦੇ ਪਿਤਾ ਜਗਜੀਵਨ ਸਿੰਘ ਮਾਤਾ ਸੰਭਾਲ ਕੌਰ ਦੇ ਘਰ 7 ਮਾਰਚ 1679 ਨੂੰ ਉਹ ਪਾਲੀ ਟਿਆਵੇ ਜਿੱਥੇ ਪੋਰਬੰਦਰ ਹੈ ਦੁਆਰਕਾ ਦੀ ਨਗਰੀ ਤੇ ਉੱਥੇ ਇਹਨਾਂ ਦੇ ਘਰ ਜਨਮ ਹੋਇਆ। ਇਹ ਘਰਾਣਾ ਕੌਣ ਹੈ? ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਭਾਈ ਸੱਖਣ, ਗੱਲ ਬੜੀ ਲੰਬੀ ਹੈ ਮੈਂ ਛੋਟੀ ਕਰਕੇ ਕਹਿ ਰਿਹਾ ਹੈ, ਉਹਨਾਂ ਨੇ ਇੱਕ ਚੋਲਾ ਸਵਾ ਛੱਡਿਆ ਸੀ ਵੀ ਸ੍ਰਿਸ਼ਟੀ ਦਾ ਮਾਲਕ ਆਵੇਗਾ ਤੇ ਇਹਨੂੰ ਪਾਵੇਗਾ। ਜਦੋਂ ਸ੍ਰਿਸ਼ਟੀ ਦਾ ਮਾਲਕ ਪਹੁੰਚਿਆ ਸੱਖਣ ਬਹੁਤ ਬਿਰਧ ਹੋ ਚੁੱਕਾ ਸੀ। ਭਾਈ ਮਰਦਾਨਾ ਜੀ ਨੇ ਜਾ ਕੇ ਆਵਾਜ਼ ਦਿੱਤੀ, ਫਿਰ ਗੁਰੂ ਨਾਨਕ ਜੀ ਨੇ ਬਾਣਾ ਪਹਿਨਿਆ ਤੇ ਸਿੱਖੀ ਦਾਨ ਬਖਸ਼ਿਸ਼ ਕੀਤਾ ਤੇ ਉਹਨਾਂ ਦੇ ਘਰ ਇੰਨੀ ਵੱਡੀ ਉਹਨਾਂ ਦੀ ਕੁੱਲ ਨੂੰ ਭਾਗ ਲਾਉਣ ਵਾਲੀ ਪਵਿੱਤਰ ਆਤਮਾ ਮੋਹਕਮ ਚੰਦ ਦੇ ਰੂਪ ਵਿੱਚ ਪ੍ਰਗਟ ਹੋਈ। ਇਹ ਆਪ 1694 ਦੀ ਵਿਸਾਖੀ ਦੇ ਸੰਬੰਧ ਵਿੱਚ ਅਨੰਦਪੁਰ ਆਏ, 5 ਸਾਲ ਗੁਰਮਤਿ ਦੀ ਪੜ੍ਹਾਈ ਕੀਤੀ, 4th ਨੰਬਰ ਤੇ ਪ੍ਰੀਖਿਆ ਪਾਸ ਕੀਤੀ ਤੇ ਚਮਕੌਰ ਦੀ ਗੜੀ ਦਰ ਸ਼ਹਾਦਤ ਦਾ ਜੰਪ